ਦੁਨੀਆ ਦੇ ਸਾਰੇ ਹੀ ਦੇਸ਼ਾਂ ਦੇ ਵਿੱਚ ਸਿੱਖ ਭਾਈਚਾਰਾ ਬਹੁਤ ਵੱਡੀ ਗਿਣਤੀ 'ਚ ਵੱਸਦਾ, ਖਾਸ ਕਰਕੇ ਕੈਨੇਡਾ ਦੇ ਵਿੱਚ। ਸਾਡੇ ਜੋ ਪਾਰਲੀਮੈਂਟ ਉਹਦੇ ਵਿੱਚ 4 ਮੰਤਰੀ ਨੇ, 18 ਮੈਂਬਰ ਪਾਰਲੀਮੈਂਟ ਨੇ, ਪਰ ਇਸ ਦੇ ਬਾਵਜੂਦ ਵੀ ਕਿਸੇ ਸਿਰਫਰੇ ਵੱਲੋਂ ਬੀਤੇ ਦਿਨੀ ਅਲਬਰਟਾ ਯੂਨੀਵਰਸਿਟੀ ਦੇ ਵਿੱਚ ਸਿੱਖਾਂ ਵਿਰੁੱਧ ਨਸਲਵਾਦੀ ਪੋਸਟ ਛਾਪੇ ਗਏ, ਜਿਸ ਦੇ ਵਿੱਚ ਸਰਦਾਰ ਆਦਮੀ ਦੀ ਦਸਤਾਰ ਦੇ ਉੱਪਰ ਗਲਤ ਗੱਲ ਲਿਖ ਕੇ, ਬੜੀ ਭੱਦੀ ਗੱਲ ਲਿਖ ਕੇ ਪੋਸਟਰ ਲਾਏ ਗਏ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਅਤੇ ਇੱਥੋਂ ਦੇ ਲੋਕਾਂ ਨੇ, ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਇਸ ਘਟਨਾ ਦੇ ਵਿਰੁੱਧ ਬਹੁਤ ਵੱਡੇ ਪੱਧਰ 'ਤੇ ਆਵਾਜ਼ ਉਠਾਈ ਆ, ਜਿਸ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਇੱਥੋਂ ਦੇ ਮੈਂਬਰ ਪਾਰਲੀਮੈਂਟ ਦਰਸ਼ਨ ਸਿੰਘ ਕੰਗ ਅਤੇ ਹੋਰ ਮੰਤਰੀ ਸਾਹਿਬਾਨ ਨੇ ਇਸ ਘਟਨਾ ਦੀ ਸਖ਼ਤ ਸ਼ਬਦ ਨਿੰਦਾ ਕੀਤੀ ਅਤੇ ਕਿਹਾ ਕਿ ਸਿੱਖ ਕੈਨੇਡਾ ਦੇ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਸਾਰੇ ਹੀ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦਾ ਬਰਾਬਰ ਦਾ ਹੱਕ ਹੈ। ਜਿਹੜੇ ਪੋਸਟਰ ਲਾ ਕੇ ਯੂਨੀਵਰਸਿਟੀ ਦੇ ਵਿੱਚ ਸਿੱਖਾਂ ਦੀ ਪੱਗ ਦੇ ਉੱਪਰ ਪੋਸਟਰ ਲਾ ਕੇ ਉਹਨਾਂ ਨੂੰ ਨਿੰਦਣਯੋਗ ਸ਼ਬਦ ਵਰਤੇ ਗਏ ਆ, ਬੜੀ ਮੰਦਭਾਗੀ ਘਟਨਾ, ਬੜੀ ਮਾੜੀ ਗੱਲ ਹੈ। ਸਾਡਾ ਸਿੱਖ, ਸਾਡੇ ਵੀਰ, ਸਾਡੀ ਕਮਿਊਨਿਟੀ ਪਿਛਲੇ 100 ਸਾਲ ਤੋਂ ਇਸ ਕੰਟਰੀ ਦੇ ਵਿੱਚ ਲਗਭਗ ਰਹਿ ਰਹੀ ਆ, ਅਤੇ ਇਹ ਜਿਹੜਾ ਨਸਲਵਾਦੀ ਜਿਹੜਾ ਸਾਡੇ 'ਤੇ ਪੱਗ ਦੇ ਉੱਤੇ ਸਪੈਸ਼ਲੀ ਅਟੈਕ ਹੋਇਆ, ਬਹੁਤ ਹੀ ਨਿੰਦਣਯੋਗ ਹੈ। ਸਮੁੱਚੇ ਭਾਈਚਾਰੇ 'ਚ ਬੜਾ ਰੋਸ ਪਾਇਆ ਜਾ ਰਿਹਾ, ਪਰ ਫਿਰ ਵੀ ਸਾਰੇ ਬਹੁਤ ਸੰਜਮ ਨਾਲ ਜਿਹੜਾ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ। ਇਹ ਅਸੀਂ ਧੰਨਵਾਦ ਕਰਦੇ ਹਾਂ, ਅਸੀਂ ਸਾਨੂੰ ਮਾਣ ਹੈ ਕੈਨੇਡੀਅਨ ਹੋਣ 'ਤੇ। ਕੈਨੇਡੀਅਨ ਪ੍ਰਧਾਨ ਮੰਤਰੀ, ਡਿਫੈਂਸ ਮਿਨਿਸਟਰ, ਸਾਡੇ ਸਿਟੀ ਦੇ ਮੇਅਰ ਸਾਹਿਬ, ਸਾਡੇ ਪ੍ਰੀਮੀਅਰ ਸਾਹਿਬ, ਸਾਰਿਆਂ ਨੇ ਇਹ ਗੱਲ ਬੜੀ ਠੋਕ ਵਜਾ ਕੇ ਕਹੀ ਹੈ ਕਿ ਜਿਹੜੇ ਸਿੱਖ ਨੇ ਇਹ ਮਿਹਨਤਕਸ਼ ਲੋਕ ਨੇ, ਪਿਛਲੇ 100 ਸਾਲ ਤੋਂ ਇਹ ਕੰਟਰੀ 'ਚ ਰਹਿ ਰਹੇ ਨੇ। ਨਾਲ ਦੀ ਨਾਲ ਇਹ ਵੀ ਹੈ ਵੀ ਪੂਰੇ ਨੌਰਥ ਅਮਰੀਕਾ ਦੇ ਵਿੱਚ ਇੱਕ ਜਿਹੜੀ ਹੈਗੀ ਆ ਵੀ ਦੁੱਖ ਦੀ ਲਹਿਰ ਪੂਰੀ ਚਲੇ ਗਈ ਹੈ। ਪੂਰਾ ਨੌਰਥ ਅਮਰੀਕਾ ਸਿੱਖ ਭਾਈਚਾਰਾ ਇਸ ਚੀਜ਼ ਤੋਂ ਪਰੇਸ਼ਾਨ ਹੈ ਵੀ ਕਦੀ ਵੀ ਇੱਦਾਂ ਦੀਆਂ ਚੀਜ਼ਾਂ ਅਸੀਂ ਇਹਨਾਂ ਮੁਲਕਾਂ 'ਚ ਨਹੀਂ ਸੀ ਦੇਖੀਆਂ ਵੀ ਜਿਹੜਾ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ। ਕੈਨੇਡਾ ਦੇ ਵਿੱਚ ਭਾਵੇਂ ਕਦੀ ਵੀ ਕੋਈ ਮੁਸ਼ਕਲ ਆਵੇ ਤਾਂ ਸਿੱਖ ਕੌਮ, ਪੰਜਾਬੀ ਭਾਈਚਾਰਾ ਹਮੇਸ਼ਾ ਹੀ ਅੱਗੇ ਵੱਧ ਕੇ ਸਹਾਇਤਾ ਕਰਦਾ, ਜਿਸ ਦੇ ਵਿੱਚ ਫੋਰਡ ਮਹਿਕਮਰੀ ਵਿਖੇ ਜੋ ਭਿਆਨਕ ਅੱਗ ਲੱਗੀ ਸੀ ਉਸ ਵਾਸਤੇ ਬਹੁਤ ਵੱਡੇ ਫੰਡ ਇਕੱਠੇ ਕੀਤੇ ਗਏ, ਫੂਡ ਬੈਂਕ ਵਾਸਤੇ ਹਮੇਸ਼ਾ ਫੰਡ ਇਕੱਠੇ ਕੀਤੇ ਜਾਂਦੇ ਹਨ। ਪਰ ਜੋ ਇਹ ਘਟਨਾ, ਦਸਤਾਰ ਦੇ ਉੱਤੇ ਕਿਸੇ ਨੇ ਗਲਤ ਸ਼ਬਦਾਵਲੀ ਲਿਖ ਕੇ ਹਮਲਾ ਕੀਤਾ, ਇਸ ਦੀ ਹਰ ਧਰਮ ਦੇ ਲੋਕਾਂ ਨੇ ਨਿਖੇਧੀ ਕੀਤੀ ਆ। ਇਹ ਰੇਸਿਜ਼ਮ ਦੀ ਘਟਨਾ ਵਾ। ਅਸੀਂ ਆਸ ਕਰਦੇ ਹਾਂ ਕਿ ਜਿਸ ਨੇ ਵੀ ਘਟਨਾ ਕੀਤੀ ਆ, ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਜ਼ਰੂਰ ਕਾਰਵਾਈ ਕਰੇਗੀ। ਗੁਰਬਲਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਨੇਡਾ।